तरह तुसी अपनी पट्टी जिहड़ी बिल्कुल सेंटर दे विच रखनी जिथे असी ब्रूडिंग करनी है सेंटर च रखांगे ते अपनी जिहड़ी हीट आ चारों पासे जाएगी एक साइड ते नहीं तुसी दीवार दे नाल ला के रखनी फिर अपनी हीट जिहड़ी आ फैलेगी नहीं ते तुसी जिहड़ा इहनू सेंटर च ला के पाइप असी उपर कढ़ देना ते कुछ एहतियातां जिहड़ियां उह मैं तुहानूं दसदा। अस्सलाम वालेकुम दोस्तों, की हाल चाल आ? उम्मीद करदा सारे भाई ठीक ठाक होणगे ते मैं भी अलहमदुलिल्लाह अल्लाह दे फज़ल करम दे नाल बिल्कुल ठीक ठाक। अज दा व्लॉग करते हैं शुरू, नवे आने वाले व्यूज़ नूं वेलकम ते जल्दी नाल जाके मेरा चैनल सबसक्राइब कर दिओ, बैल आइकन दा बटन जिहड़ा वो लाजमी प्रेस करिया करो ताकि हर वीडियो दा नोटिफिकेशन तुहानूं मिले। वीडियो तुसीं मेरी देखो, जिहड़ियां गल्लां दा तुहानूं नहीं पता लगदा हर गल जिहड़ी आ मैं बार बार रिपीट करदा, तुहानूं तरीका दसदा किद्दां तुसीं अपना जिहड़ा एंटर होना पोल्ट्री फार्मिंग दे अंदर। तो नंबर मेरा जिहड़ा डिस्क्रिप्शन दे विच लगा हुंदा, चैनल दी डिस्क्रिप्शन दे विच भी लगा ते वीडियो दी डिस्क्रिप्शन दे विच भी मेरा जिहड़ा नंबर आ ਉਹ ਲੱਗਿਆ ਹੁੰਦਾ। ਬਾਰ ਬਾਰ ਕਮੈਂਟ ਦੇ ਵਿੱਚ ਪੁੱਛਦੇ ਆ ਆਪਣਾ ਨੰਬਰ ਦਿਓ, ਆਪਣਾ ਨੰਬਰ ਦਿਓ ਅਤੇ ਨੰਬਰ ਜਿਹੜਾ ਵਾ ਤੁਹਾਨੂੰ ਮੈਂ ਦੱਸ ਦੇਵਾਂ ਕਿ ਡਿਸਕ੍ਰਿਪਸ਼ਨ ਦੇ ਵਿੱਚ ਲੱਗਿਆ ਹੁੰਦਾ, ਉੱਥੇ ਜਾ ਕੇ ਤੁਸੀਂ ਮੇਰੇ ਨਾਲ ਕਿਸੇ ਵੀ ਟਾਈਮ ਜਿਹੜਾ ਉਹ ਰਾਬਤਾ ਕਰ ਲਓ ਅਤੇ ਮੈਂ ਜਿਹੜਾ ਤੁਹਾਨੂੰ ਜਵਾਬ ਦਿੰਦਾ। ਅਲਹਮਦੁਲਿਲਾ ਅੱਗਿਓਂ ਜਦੋਂ ਲੋਕ ਮੇਰੀਆਂ ਗੱਲਾਂ ਸੁਣ ਕੇ ਦੁਆਵਾਂ ਦਿੰਦੇ ਅਤੇ ਯਕੀਨ ਕਰੋ ਬਹੁਤ ਜ਼ਿਆਦਾ ਅੱਛਾ ਲੱਗਦਾ। ਫਿਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਹੋਰ ਜ਼ਿਆਦਾ ਆਪਣੇ ਆਪ ਨੂੰ ਜਿਹੜਾ ਅੱਛਾ ਯਾਨੀ ਕਿ ਅੱਛੀ ਆਪਣੀ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਪੇਸ਼ ਕਰਾਂ ਤਾਂ ਕਿ ਮੇਰੀ ਵੀਡੀਓ ਦੀ ਜਿਹੜੀ ਤੁਹਾਨੂੰ ਮੁਕੰਮਲ ਜਿਹੜੀ ਸਮਝ ਲੱਗੇ। ਮਜ਼ੀਦ ਨਹੀਂ ਸਮਝ ਲੱਗਦੀ ਫਿਰ ਵੀ ਮੈਂ ਜਿਹੜਾ ਹਾਜ਼ਰ ਹਾਂ। ਅੱਛਾ, ਅੱਜ ਅਸੀਂ ਆਪਣੇ ਟੌਪਿਕ ਦੇ ਵਿੱਚ ਪੱਠੀ ਚਲਾਉਣ ਦਾ ਤੁਹਾਨੂੰ ਤਰੀਕਾ ਦੱਸਣਾ ਕੀ ਇਹਦੇ ਨੁਕਸਾਨ ਆ ਤਾਂ ਤੁਸੀਂ ਉਹ ਤੋਂ ਕਿੱਦਾਂ ਬਚਣਾ। ਅਤੇ ਆਹ ਆਪਣੀ ਪੱਠੀ ਹੈਗੀ ਹੈ ਜਿਹੜੀ ਤੁਹਾਨੂੰ ਮੈਂ ਬਾਰ ਬਾਰ ਕਹਿੰਦਾ ਕਿ ਸਰਦੀਆਂ ਨੂੰ ਜਦੋਂ ਅਸੀਂ ਚੂਜ਼ਾ ਛੋਟਾ ਚੂਜ਼ਾ ਪਾਈਦਾ ਅਤੇ ਉਹਦੇ ਵਾਸਤੇ ਆਹ ਇਸਤੇਮਾਲ ਹੁੰਦੀ ਆ, ਆਹ ਉਹਦਾ ਜਿਹੜਾ ਪਾਈਪ ਆ ਅਤੇ ਆਹ ਜਿਹੜੀ ਪੱਠੀ ਆ ਡਰੰਮ ਦੀ ਬਣਾਈ ਹੁੰਦੀ ਆ, ਇਹਦੇ ਬਾਰੇ 'ਚ ਅੱਜ ਗੱਲ ਕਰਾਂਗੇ। ਲੇਕਿਨ ਉਹ ਤੋਂ ਪਹਿਲੇ ਦੋ ਚਾਰ ਜਿਹੜੀਆਂ ਗੱਲਾਂ ਵਾ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ। ਅੱਛਾ, ਇੱਕ ਦੋਸਤ ਨੇ ਪੁੱਛਿਆ ਸੀਗਾ ਕਿ ਫਾਰਮ ਦੀ ਜਿਹੜੀ ਆਪਣੀ ਲੋਕੇਸ਼ਨ ਆ ਉਹ ਕਿੱਥੇ ਹੋਣੀ ਚਾਹੀਦੀ ਆ। ਮੈਂ ਉਹਦਾ ਕਮੈਂਟ ਪੜ੍ਹ ਕੇ ਵੀਡੀਓ 'ਚ ਇਸ ਕਰਕੇ ਦੱਸਦਾ ਤਾਂ ਕਿ ਬਾਕੀਆਂ ਨੂੰ ਵੀ ਆਪਣੀ ਜਿਹੜੀ ਆ ਉਹ ਸਮਝ ਲੱਗ ਜਾਵੇ। ਫਾਰਮ ਦੀ ਲੋਕੇਸ਼ਨ, ਜਿਹੜੇ ਪ੍ਰੋਪਰ ਫਾਰਮ ਬਣੇ ਹੁੰਦੇ ਆ ਜ਼ਿਆਦਾਤਰ ਪਿੰਡਾਂ ਦੇਹਾਤਾਂ ਦੇ ਵਿੱਚ ਬਣੇ ਹੁੰਦੇ ਆ ਕਿਉਂਕਿ ਉਹਦਾ ਮਾਹੌਲ ਜਿਹੜਾ ਬਹੁਤ ਸਾਜ਼ਗਰ ਹੁੰਦਾ। ਗਰਮੀਆਂ ਨੂੰ ਉੱਥੇ ਜਿਹੜੀ ਆ ਅੱਛੀ ਤਾਜ਼ਾ ਹਵਾ ਜਿਹੜੀ ਆ ਸਾਨੂੰ ਲੱਭ ਜਾਂਦੀ ਆ, ਆਕਸੀਜਨ ਜ਼ਿਆਦਾ ਹੁੰਦੀ ਆ। ਫਾਰਮ ਆਪਣੇ ਆਬਾਦੀ ਤੋਂ ਜਿੰਨੇ ਜ਼ਿਆਦਾ ਦੂਰ ਹੋਣਗੇ ਉਨੀ ਜ਼ਿਆਦਾ ਅਸੀਂ ਬਿਮਾਰੀ ਤੋਂ ਮਹਿਫੂਜ਼ ਰਹਾਂਗੇ ਕਿਉਂਕਿ ਆਬਾਦੀ ਦੇ ਵਿੱਚ ਹਰ ਘਰਾਂ ਦੇ ਵਿੱਚ ਕਿਸੇ ਨਾ ਕਿਸੇ ਨੇ ਮੁਰਗੀਆਂ ਰੱਖੀਆਂ ਹੁੰਦੀਆਂ, ਉਹ ਆਪਣੀ ਪ੍ਰੋਪਰ ਵੈਕਸੀਨੇਸ਼ਨ ਨਹੀਂ ਕਰਦੇ ਅਤੇ ਫਿਰ ਜਿਹੜਾ ਵਾ ਉਹਨਾਂ ਨੂੰ ਬਿਮਾਰੀ ਆਉਂਦੀ ਅਤੇ ਸਾਨੂੰ ਵੀ ਜਿਹੜਾ ਮੁਤਾਸਰ ਹੋ ਜਾਂਦਾ ਆਪਣਾ ਜਾਨਵਰ ਵੀ। ਅਸੀਂ ਜਿਹੜਾ ਰਿਕਮੈਂਡ ਕਰਦੇ ਕਿ 5 ਕਿਲੋਮੀਟਰ ਦੇ ਵਿੱਚ ਜਿਹੜਾ ਇੱਕ ਫਾਰਮ ਹੋਣਾ ਚਾਹੀਦਾ, ਬਾਕੀ ਜਿਹੜੇ ਆਪਣੇ ਫਾਰਮ ਆ 5 ਕਿਲੋਮੀਟਰ ਤੋਂ ਦੂਰ ਹੋਣੇ ਚਾਹੀਦੇ ਆ ਤਾਂ ਕਿ ਖੁਦਾ ਨਾ ਖਾਸਤਾ ਇੱਕ ਫਾਰਮ 'ਤੇ ਅਗਰ ਬਿਮਾਰੀ ਆਈ ਆ ਅਤੇ ਦੂਸਰਾ ਫਾਰਮ ਜਿਹੜਾ ਉਹ ਮੁਤਾਸਰ ਨਾ ਹੋਵੇ। ਲੇਕਿਨ ਇਸ ਤਰ੍ਹਾਂ ਹੁੰਦਾ ਨਹੀਂ ਆ, ਹੁਣ ਇੱਥੇ ਮੇਰਾ ਫਾਰਮ ਆ ਤਕਰੀਬਨ ਤੁਸੀਂ ਲਾ ਲਓ ਕਿ 2 ਮੁਰੱਬੇ ਛੱਡ ਕੇ ਜਿਹੜਾ ਉਹ ਦੂਸਰਾ ਫਾਰਮ ਹੈਗਾ। ਇਸ ਤਰ੍ਹਾਂ ਆਪਣੇ ਨਜ਼ਦੀਕ ਜਿਹੜੇ ਆ 3-4 ਫਾਰਮ ਹੈਗੇ ਆ, ਲੇਕਿਨ ਉਹ ਪ੍ਰੋਪਰ ਫਾਰਮਿੰਗ ਜਿਹੜਾ ਕਰਦਾ ਉਹ ਫਿਰ ਉਹਦੀ ਵੈਕਸੀਨੇਸ਼ਨ ਮੁਕੰਮਲ ਕਰਦਾ ਅਤੇ ਜਾਨਵਰ ਨੂੰ ਖਰਚਾ ਜਿਹੜਾ ਬਿਮਾਰੀ ਦਾ ਵਾ ਬਹੁਤ ਜ਼ਿਆਦਾ ਘੱਟ ਜਾਂਦਾ। ਅਤੇ ਸੁਸਾਇਟੀਆਂ ਦੇ ਵਿੱਚ ਲੋਕ ਜਿਹੜੇ ਆ ਸ਼ਿਕਾਇਤ ਕਰ ਦਿੰਦੇ ਆ, ਲੇਕਿਨ ਓਪਨ ਫਾਰਮਿੰਗ ਦੇ ਵਿੱਚ ਤੁਸੀਂ ਜਿਹੜਾ ਵਾ ਉਹ ਇੰਨੀ ਜ਼ਿਆਦਾ ਸਮੈਲ ਨਹੀਂ ਹੁੰਦੀ ਕਿਉਂਕਿ ਫਾਰਮ ਓਪਨ ਹੁੰਦਾ, ਹਵਾ ਇਹਦੇ ਵਿੱਚ ਫਿਰਦੀ ਰਹਿੰਦੀ ਆ, ਆਪਣੀ ਜਗ੍ਹਾ ਗਿੱਲੀ ਨਹੀਂ ਹੁੰਦੀ। ਕੰਟਰੋਲ ਸ਼ੈੱਡ ਦੀ ਜਿਹੜੀ ਆ ਉਹ 'ਚ ਸਮੈਲ ਜ਼ਿਆਦਾ ਹੁੰਦੀ ਆ ਕਿਉਂਕਿ ਬੰਦ ਹੁੰਦਾ, ਹਵਾ ਜਦੋਂ ਪੱਖੇ ਉਹ ਹਵਾ ਨੂੰ ਖਿੱਚਦੇ ਆ ਅਤੇ ਬੜੀ ਬੜੀ ਦੂਰ ਤੱਕ ਜਿਹੜੀ ਆ ਉਹਦੀ ਸਮੈਲ ਜਾਂਦੀ ਆ, ਇਸ ਕਰਕੇ ਲੋਕ ਜਿਹੜੇ ਆ ਉਹ ਸ਼ਿਕਾਇਤ ਕਰ ਦਿੰਦੇ ਆ। ਅਤੇ ਲੇਕਿਨ ਤੁਸੀਂ ਜਿਹੜਾ ਵਾ ਬਣਾਉਣਾ ਆਪਣਾ ਫਾਰਮ ਵਗੈਰਾ ਜਾਂ ਡੇਰਾ ਵਗੈਰਾ ਬਣਾਇਆ ਹੋਇਆ ਜਿੱਥੇ ਤੁਸੀਂ ਜਾਨਵਰ ਰੱਖਣੇ ਆ, ਅਤੇ ਕੋਸ਼ਿਸ਼ ਕਰੋ ਕਿ ਆਬਾਦੀ ਤੋਂ ਜਿਹੜਾ ਆਪਣਾ ਦੂਰ ਰੱਖੋ ਤਾਂ ਕਿ ਉੱਥੇ ਕੋਈ ਆਵੇ ਜਾਵੇ ਨਾ ਅਤੇ ਬਿਮਾਰੀ ਦਾ ਆਪਣਾ ਜਿਹੜਾ ਵਾ ਉਹ ਖਤਰਾ ਬਹੁਤ ਜ਼ਿਆਦਾ ਕਮ ਹੋਵੇ। ਅੱਛਾ, ਤੇ ਹੁਣ ਗੱਲ ਕਰਦੇ ਹਾਂ ਆਪਣੀ ਪੱਠੀ ਦੇ ਬਾਰੇ 'ਚ। ਪੱਠੀਆਂ ਜਿਹੜੀਆਂ ਆਪਣੀਆਂ 2 ਕਿਸਮ ਦੀਆਂ ਹੁੰਦੀਆਂ, ਇੱਕ ਹੈਗੀ ਲੱਕੜੀ ਵਾਲੀ ਜਿਹਦੇ ਵਿੱਚ ਲੱਕੜੀ ਯਾਨੀ ਕਿ ਆਹ ਜਿਹੜੀ ਆ ਉਹ ਲੱਕੜੀ ਵਾਲੀ ਇਹਦੇ ਵਿੱਚ ਲੱਕੜ ਇਸਤੇਮਾਲ ਹੁੰਦੀ ਆ। ਇੱਕ ਆਪਣੀ ਹੁੰਦੀ ਆ ਬੂਰੇ ਦੇ ਵਿੱਚ, ਉਹਦੇ ਵਿੱਚ ਸਾਡਾ ਜਿਹੜਾ ਬੂਰਾ ਇਸਤੇਮਾਲ ਹੁੰਦਾ। ਲੇਕਿਨ ਅਸੀਂ ਨਵੇਂ ਫਾਰਮਰ ਵਾਸਤੇ ਜਿਹੜੀ ਆ ਉਹ ਬੂਰੇ ਵਾਲੀ ਰਿਕਮੈਂਡ ਕਰਦੇ ਹਾਂ ਕਿਉਂਕਿ ਬੂਰੇ ਵਾਲੀ ਪੱਠੀ ਜਲਾਉਣੀ ਆਸਾਨ ਹੁੰਦੀ ਆ। ਤੁਸੀਂ ਰਾਤ ਇੱਕ ਦਫਾ ਉਹਦੇ ਵਿੱਚ ਬੂਰਾ ਭਰ ਕੇ ਥੱਲੇ ਅੱਗ ਲਾ ਦਿੰਦੇ ਆ, ਸਾਰੀ ਰਾਤ ਪੱਠੀ ਜਿਹੜੀ ਆ ਸੁਲਗਦੀ ਰਹਿੰਦੀ ਆ। ਬੂਰਾ ਉਹਦੇ ਵਿੱਚ ਕਿਹੜਾ ਇਸਤੇਮਾਲ ਹੁੰਦਾ, ਰੰਦੇ ਦਾ ਜਿਹੜਾ ਬੂਰਾ ਤੁਹਾਡਾ ਹੁੰਦਾ, ਰੰਦੇ ਵਾਲਾ ਬੂਰਾ ਉਹ ਤੁਸੀਂ ਅੱਛੀ ਤਰ੍ਹਾਂ ਉਹਦੇ ਵਿੱਚ ਭਰ ਦੇਣਾ ਹੁੰਦਾ ਅਤੇ ਉਹ ਸਾਰੀ ਰਾਤ ਸੁਲਗਦਾ ਰਹਿੰਦਾ। ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਤੁਸੀਂ ਜਿਹੜਾ ਬਾਲਣ ਇਸਤੇਮਾਲ ਹੁੰਦਾ ਆਪਣਾ ਕਿਹੜਾ ਬਾਲਣ ਇਸਤੇਮਾਲ ਹੁੰਦਾ, ਜਿਹੜਾ ਤੰਦੂਰ ਦੇ ਵਿੱਚ ਬਾਲਣ ਇਸਤੇਮਾਲ ਹੁੰਦਾ, ਮੋਟੀਆਂ ਲੱਕੜਾਂ ਉਹ ਸੁਲਗਾਉਣੀਆਂ ਥੋੜ੍ਹੀਆਂ ਮੁਸ਼ਕਲ ਹੁੰਦੀਆਂ। ਇੱਕ ਵਾਰੀ ਜਿਹੜਾ ਉਹ ਸੁਲਗ ਜਾਵੇ ਫਿਰ ਇਹ ਬੁੱਝਦਾ ਨਹੀਂ ਆ, ਫਿਰ ਇਹਦਾ ਇਹ ਹੁੰਦਾ ਕਿ ਤੁਹਾਨੂੰ ਰਾਤ ਨੂੰ ਉੱਠ ਕੇ ਦੇਖਣਾ ਪੈਂਦਾ ਕਿ ਪੱਠੀ ਆਪਣੀ ਅੱਗ ਬੁੱਝ ਤਾਂ ਨਹੀਂ ਗਈ, ਅਤੇ ਉਹ ਬਾਰ ਬਾਰ ਦੇਖਣਾ ਪੈਂਦਾ, ਇਸ ਕਰਕੇ ਇਹ ਥੋੜ੍ਹੀ ਮੁਸ਼ਕਲ ਹੁੰਦੀ ਆ। ਲੇਕਿਨ ਮੈਂ ਜਿਹੜੀ ਯੂਜ਼ ਕੀਤੀ ਆ, ਮੈਂ ਇਹੀ ਪੱਠੀ ਜਿੰਨੀ ਵਾਰੀ ਵੀ ਇਸਤੇਮਾਲ ਕੀਤੀ ਆ ਇਹੀ ਇਸਤੇਮਾਲ ਕੀਤੀ ਆ। ਅੱਛਾ, ਇਹਨੂੰ ਕਿੱਦਾਂ ਚਲਾਈਦਾ, ਇਹਦੇ ਵਿੱਚ ਜਿਹੜਾ ਅਸੀਂ ਬਾਲਣ ਭਰ ਦੇਈਦਾ, ਇੱਥੇ ਇਹਦੇ 2 ਜਿਹੜੇ ਆ ਖਾਨੇ ਹੁੰਦੇ ਆ, ਇੱਕ ਉੱਪਰ ਵਾਲੀ ਸਾਈਡ 'ਤੇ ਅਤੇ ਦੂਸਰਾ ਨੀਚੇ ਵਾਲੀ ਸਾਈਡ 'ਤੇ ਹੁੰਦਾ। ਨੀਚੇ ਵਾਲਾ ਜਿਹੜਾ ਆਪਣਾ ਆਕਸੀਜਨ ਵਾਸਤੇ ਹੁੰਦਾ,
तो आ जो अपना यदा पाइप हों पाइप आप इतने लाई दा उपर ये उपर ला के असी छत दे विच जिहड़ा सुराख हुंदा सुराख दे थाणी असी जिहड़ा बाहर करदे आ ताकि अपने अग नूं जिहड़ी आ ऑक्सीजन मिलदी आ इत्थों ऑक्सीजन मिलदी आ थल्लों जिहड़ी आ ऑक्सीजन अपनी पट्ठी नूं मिलदी आ ते फिर अपना जिहड़ा अंदर बालण आ उह सुलगदा रहिंदा। असीं 5-6 लकड़ां इहदे विच रख के या 3-4 लकड़ां तुसीं देखणियां अपनी हीट दे हिसाब दे नाल किन्नी की हीट जिहड़ी आ तुहानूं चाहीदी आ तुसीं देखणा चाहुंदे हो। मेरे हाथ भी जिहड़े आ उह काले हो गए आ ते तुसी देखना कि साडे जिहड़ी सर्दी ज़्यादा हो जाती है फिर तुसी अपनियां 5-6 लकड़ां इहदे विच पा के 3-4 जिहड़े बोरे आ उह विच सुट देने आ अच्छी तरह उहनूं अपना सुलगाउणा वा। तो उस तो पहले असी जिहड़ी पट्ठी की तैयारी करी दी आ तैयारी असी पट्ठी की करनी आ असी जिहड़ा इधर वाली साइड ते मिट्टी ला दी दी आ ताकि अपना धुआं ना किसी पासे जिहड़ा वा उह बाहर निकलेगा धुआं अपना बाहर निकलेगा क्योंकि परदे अपने जिहड़े आ टाइट होने आ धुआं साडा बाहर नहीं जाएगा शैड तो ते अपना चूज़ा जिहड़ा वा उह मुतासर हो सकदा। इस तरह तुसी अपनी पट्ठी जिहड़ी बिल्कुल सेंटर दे विच रखनी जिथे असी ब्रूडिंग करनी आ सेंटर च रखांगे ते अपनी जिहड़ी हीट आ चारों पासे जाएगी एक साइड ते नहीं तुसी दीवार दे नाल ला के रखनी फिर अपनी हीट जिहड़ी आ उह फैलेगी नहीं। तो तुसी जिहड़ा इहनूं सेंटर च ला के पाइप असी उपर कढ़ देना ते कुछ एहतियातां जिहड़ियां उह मैं तुहानूं दसदा लकड़ियां जदों तुसी जलाउणियां थोड़ा बहुत धुआं जिहड़ा उह होणा ही होणा तुसी उहनूं जिहड़ा वा परेशान नहीं होणा थोड़े जिहे परदे अपने डोन कर देने आ बहुते भी नहीं ताकि अपना थोड़ा जरा धुआं निकलता रहे जलाउणा इहनूं थोड़ा जिहा मुश्किल हुंदा एक बारी जदों सुलग गई फिर इहने नॉन स्टॉप जिहड़ा अपने सारी रात चलदे रहिणा फिर लकड़ियां विच सड़ भी गईआं ते तुसी उहदे उत्ते इक लकड़ी होर सुट दिओ ते उह सुलगदी रहिंदी आ इस तरह अपनी हीट भी पूरी हो जाती है। तो अच्छा इहनूं आपां सेंटर दे विच ला के आले दुआले इहदे असी दो दो इट्टां यानी कि इत्थे तक एक इट लाई इहदे उत्ते इट ला के अच्छी तरह असी गारे दी जिहड़ी आ उह लपाई कर देणी आ उहदा की फायदा होएगा खुदा ना खासता अपनी चंगारी बाहर ना निकले अगर अपनी चंगारी बाहर निकल गई कि नीचे अपना जिहड़ा पेपर भी बिछिया हुंदा उह भी खुश्क हुंदा ते नाल अपना बूरा जिहड़ा आपां ब्रूडिंग दे विच इस्तेमाल कीता हुंदा चूजे थल्ले उह भी सुक्का हुंदा ते अग उहनूं बहुत ज़्यादा जल्दी पैंदी आ ते तुसीं एहतियात करनी आ ते कोई भी जिहड़ा इदां दा मसला नहीं बणन देणा ते इस करके दो दो इत्थे इट्टां ला के आले दुआले तुसीं मुकम्मल इहनूं नीचे बंद कर देणा क्योंकि अपना जिहड़ा इत्थों निकल सकदा उपरों जिहड़ी अपनी अग आ उह नहीं निकल सकदी ते नीचों तुसी अच्छी तरह गारा ला के दो दो इट्टां ला के इहनूं पहले सैट करके फिर इहदे दुआले इट्टां ला के ते बाहरों तुसी इट्टां दी जिहड़ी आ लपाई कर देणी आ ते उहदे नाल जिहड़ा अपना इंशाल्लाह महफूज रहेगा। ते दूसरा फिर तुसी चलाउण लगे हर दफ़ा एक दफ़ा जिहड़ी आ इत्थे तुसी गारे दे नाल जिहड़ी आ इत्थे तुसी जिहड़ा गारे दे नाल लपाई कर देणी आ ताकि अपना धुआं जिहड़ा बाहर ना निकले। उस तो बाद तुसी गिल्ली मिट्टी अपने कोल रखनी आ हमेशा थोड़ी जी कढ़ाई दे विच बना के अग जल गई तो तुसी इहनूं जिहड़ा बंद कर देना बंद करके इधर वाली साइड ते जिहड़ा तुसी अच्छी तरह मिट्टी ला के बंद कर देनी आ जिन्नी दफ़ा तुसी इहनूं खोलोगे कोई एडा मसला नहीं है कढ़ाई दे विच तुसी गारा बना के जिहड़ा रख लेना ते गारा हर दफ़ा जदों तुसी देखना कि इत्थों तुहानूं पता लग ही जाणा कि अग तुहाडी बुझ गई आ जां चलदी पई आ बुझ गई अच्छी तरह सुलग जाऊगी फिर तुसी जिहड़ा इत्थे गारा ला देना गारा ला के इहनूं मुकम्मल तौर ते बंद कर देना आ तुसी जिहड़ा थोड़ा जिहा खुला रख देना सारा नहीं खोलना इन्ना कु खुला रख देना इहदे सामने असी इट्टां नहीं लाउणियां हैगियां इहनूं असी मुकम्मल तौर ते बंद नहीं करना लेकिन एहतियात करनी आ जदों अग जल गई ते फिर असी इत्थे तक अपनियां इट्टां ला देवांगे ते चूज़ा अपना जिहड़ा उह नहीं सड़दा क्योंकि चूज़े नूं जदों हीट मिलदी है चूज़ा अपना आटोमैटिकली दूर दूर हो के बैठ जांदा ते इस करके उहदी तुसीं परेशानी नहीं लैणी ते अपना सिर्फ एहतियात यही आ एक अंदर धुआं नहीं होण देना ते दूसरा अपना जिहड़ा अग दा एहतियात करना क्योंकि नुकसान हो सकदा एक दफ़ा साडे नाल हो चुकिया पहले एक नाल वाले शैड ते मेरे भाई ने पाया सीगा उहनां दा तकरीबन 400-500 चूज़ा जिहड़ा सीगा विदिन 30 सैकेंड जिहड़ा उहनां दा चूज़े नूं अग लग गई सीगी ते 400-500 चूज़ा जिहड़ा सीगा उह सड़ गया सी क्योंकि थल्ले सुक हुंदी है बिल्कुल ज़्यादा बूरे नूं ते अग बड़ी जल्दी पैंदी है ते इस करके तुसीं एहतियात करनी आ अंदर तुसी जिहड़ा अपना ऑक्सीजन का ख्याल रखना अपनी ऑक्सीजन मुकम्मल नहीं कटनी तुहानू किदां पता लगेगा तुसी आप अंदर जाओगे तुहाडा जिहड़ा सिर दुखन लग जांदा अगर तुहानू ऑक्सीजन की कमी हो जाए तुसी अंदर जिहड़ा वा 5-7 मिनट बैठ के नीचे बैठ के देखना अपना महसूस करना कि तुहानू की फील हो रहा तुसी उही फिर जिहड़ा चूज़े दे नाल तुसी समझना कि चूज़े नूं भी उही फील हो रहा अगर तुहानू फील हो रहा कि अंदर
वो ऑक्सीजन की जी कमी हो रही, तुम्हें थोड़े थोड़े परदे जो डाउन कर देने, धुआं अंदर बिल्कुल नहीं होने देना। यहाँ हो छापर भी साडा लगा हों, परदे भी साढ़े लगे होंगे आ, तो असी जरा परदे टाइट किए हो बिल्कुल भी किसी पास ऑक्सीजन ना हो, अपने चूजे की जी मौत हो सकती है, तो मोर्टैलिटी अपनी बहुत ज़्यादा तेज़ हो जानी है। तो इस करके तुम ख्याल करना, अंदर जो अपना टेंपरेचर मीटर लाओ तो पट्ठी चलाओ, तो फिर अपना धुआं अंदर नहीं होने देना। तो उम्मीद है कि मेरी वीडियो की तुम्हें जी समझ लगी होएगी, मजीद ना भी समझ लगी हो एक दो बार फिर तुम मैं दसदा कि मेरा जो चैनल वीडियो की डिस्क्रिप्शन के चैनल की डिस्क्रिप्शन के मेरा नंबर जरा लगे हुआ। हम अपना ब्लॉग का करते हैं एंड, फिर कहना नहीं समय लगी तो मैनू जरा कॉल से पूछ लेना। तो अपना रखना ढेर सारा ख्याल, तो मैनू दो इजाज़त, अल्लाह हाफिज़।